ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਵੈਲਕਮ ਕਰਦੇ ਹਾਂ ਜੀ। ਭਿੰਡਰ ਡੇਅਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਹਾਂ, ਪਿੰਡ ਜੋਲ ਨੰਗਲ, ਜ਼ਿਲ੍ਹਾ ਗੁਰਦਾਸਪੁਰ, ਤਹਿਸੀਲ ਵੀ ਗੁਰਦਾਸਪੁਰ। ਇਸ ਘਰ 'ਚੋਂ ਆਪਣੀ ਪਹਿਲੀ ਵੀਡੀਓ ਬਣਨ ਜਾ ਰਹੀ ਆ। ਵੀਰ ਨੇ ਦੋ ਪਸ਼ੂ ਸੇਲ ਕਰਨੇ ਆ, ਇੱਕ ਤਾਜੀ ਸੂਈ ਵੈੜ ਆ ਅਤੇ ਇੱਕ ਤਾਜੀ ਸੂਈ ਝੋਟੀ ਆ ਜੀ। ਟੌਪ ਦੇ ਪਸ਼ੂ ਆ, ਚੰਗੇ ਰਿਕਾਰਡ ਵਾਲੇ। ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ, ਕਿਸੇ ਵੀਰ ਨੇ ਵੀਡੀਓ ਤੋਂ ਪਸ਼ੂ ਖਰੀਦਣਾ ਕਿਸੇ ਵੀ ਚੈਨਲ ਤੋਂ, ਕਿਸੇ ਵੀਡੀਓ ਤੋਂ, ਸੂਹੇ ਸਵਾਏ ਪਸ਼ੂ ਨੂੰ ਦੋ ਟਾਈਮ ਚੋ ਕੇ ਆਪਣੀ ਤਸੱਲੀ ਕਰ ਲਿਆ ਕਰੋ। ਜਿਹੜਾ ਗੱਬਣ ਪਸ਼ੂ ਹੁੰਦਾ ਉਹਦੇ ਥਾਂ ਟਿੱਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ, ਤਾਂ ਜੋ ਕਿਸੇ ਵੀ ਕਿਸਮ ਦਾ ਲਾਮਾ ਨਾ ਰਹਿ ਸਕੇ। ਆਪਾਂ ਵੀਰ ਨਾਲ ਗੱਲਬਾਤ ਕਰਾਵਾਂਗੇ, ਇਹਨਾਂ ਪਸ਼ੂਆਂ ਨੂੰ ਤੇਲ ਲਵਾਂਗੇ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਅ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਆ ਜੀ? ਵਧੀਆ ਵਧੀਆ, ਠੀਕ ਠਾਕ ਜੀ। ਠੀਕ ਆ ਜੀ, ਆਪਣਾ ਵਪਾਰ ਦਾ ਕੰਮ ਆ ਜੀ? ਹਾਂਜੀ ਹਾਂਜੀ, ਠੀਕ ਆ। ਤੇ ਹਰ ਸਮੇਂ ਪਸ਼ੂ ਹੁੰਦੇ ਆ? ਹਾਂਜੀ ਹਾਂਜੀ, ਠੀਕ। ਪਹਿਲੀ ਵੀਡੀਓ ਬਣ ਜਾ ਰਹੀ ਹੈ? ਪਹਿਲੀ ਵੀਡੀਓ ਬਣ ਜਾ ਰਹੀ ਹੈ ਜੀ। ਠੀਕ ਆ ਜੀ। ਹਾਂਜੀ, ਤੇ ਸਹੀ ਆ। ਅੱਜ ਦੋ ਪਸ਼ੂ ਸੇਲ ਕਰਨੇ ਆ ਜੀ? ਹਾਂਜੀ, ਦੋ ਪਸ਼ੂ ਆ, ਇੱਕ ਝੋਟੀ ਆ, ਦੂਜੇ ਸਵੇ ਇੱਕ ਗਾਂ ਏ। ਠੀਕ ਆ ਜੀ। ਐਡਰੈਸ ਦੱਸ ਦਿਓ ਵੀਰ ਜੀ ਆਪਣਾ। ਆਪਣਾ ਐਡਰੈਸ ਜ਼ਿਲ੍ਹਾ ਗੁਰਦਾਸਪੁਰ, ਤਹਿਸੀਲ ਗੁਰਦਾਸਪੁਰ, ਹਾਂਜੀ, ਪਿੰਡ ਜੋਲ ਨੰਗਲ। ਠੀਕ ਆ। ਬਟਾਲੇ ਤੋਂ ਹੈਗਾ ਜੀ 10 ਕਿਲੋਮੀਟਰ ਜੀ। ਨਸ਼ਹਿਰੇ ਮੱਝੇ ਹਸਿਆਂ ਤੋਂ 13 ਕਿਲੋਮੀਟਰ ਜੀ। ਠੀਕ ਆ ਜੀ। ਹਾਂਜੀ, ਨਾਮ ਕੀ ਆ ਵੀਰ ਜੀ ਆਪਣਾ? ਨਾਮ ਮੇਰਾ ਸੁੱਖਾ ਜੀ। ਠੀਕ ਆ। ਫੋਨ ਨੰਬਰ ਦੱਸ ਦਿਓ ਜੀ ਆਪਣਾ। ਫੋਨ ਨੰਬਰ 7831715614। ਠੀਕ ਆ। ਇੱਕ ਹੀ ਆ ਨੰਬਰ ਹੋਰ ਵੀ ਹੈਗਾ? ਹੋਰ ਵੀ ਹੈਗਾ ਜੀ। ਠੀਕ ਆ, ਉਹ ਵੀ ਦੱਸ ਦਿਓ। 9464499030। ਠੀਕ ਆ ਜੀ। ਹਾਂਜੀ, ਭਾਜੀ ਉਹਨਾਂ ਦੀ ਪਹਿਲੀ ਵੀਡੀਓ ਆ, ਤੇ ਭਾਜੀ ਉਹਨਾਂ ਕੋਲ ਬਹੁਤ ਚੰਗੀਆਂ ਪਸ਼ੂ ਆ, ਜਿਹੜੇ ਚੰਗੇ ਪਸ਼ੂ। ਪਹਿਲੇ ਨੰਬਰ ਤੇ ਆਪਾਂ ਝੋਟੀ ਦਿਖਾਈਏ, ਹਨਾ? ਹਾਂਜੀ ਹਾਂਜੀ। ਕਿੰਨੇ ਦਿਨਾਂ ਦਾ ਸੂਆ ਹੋ ਗਿਆ ਭਾਜੀ ਇਹਦਾ? ਇਹ 5 ਦਿਨ ਦੀ ਸੂਈ ਜੇ, ਬੌਲਾ 8 ਕਿਲੋ ਜੇ ਦੇ। ਅੱਛਾ, ਅਜੇ 5 ਦਿਨ ਦੀ ਸੂਈ? ਹਾਂਜੀ ਹਾਂਜੀ, ਬੌਲਾ। ਸੂਆ ਦੂਜਾ? ਦੂਜਾ ਸੂਆ ਜੇ। ਠੀਕ ਆ, 8 ਕਿਲੋ ਬੌਲਾ। ਬੱਚਾ ਕੀ ਮਗਰ ਜੀ? ਕੱਟੀ ਮਗਰ ਜੇ। ਅੱਛਾ, ਕੱਟੀ ਵੀ ਸੋਹਣੀ ਸੁਨੱਖੀ ਜੀ। ਆ ਵੇਖੋ ਜੀ, ਇਹ ਟਾਈਮ ਤੇ ਦੁੱਧ 8 ਕਿਲੋ ਦੁੱਧ ਤਿਆਰ ਜੇ। 8 ਕਿਲੋ ਤਿਆਰ? ਹਾਂਜੀ, ਬੌਲਾ 8 ਕਿਲੋ ਤਿਆਰ ਜੇ। ਤੋਰੀਏ ਵੀਰ ਜੀ ਨੂੰ ਖੋਲ ਕੇ? ਆ ਜਾਓ, ਆ ਵੇਖੋ, ਕੁਆਲਿਟੀ ਚੈੱਕ ਕਰ ਲਓ। ਦੂਜਾ ਸੂਆ ਸੂਈ ਆ, ਇਸ ਟਾਈਮ ਤੇ 8 ਕਿਲੋ ਦੁੱਧ ਤਿਆਰ ਆ ਜੀ ਇਹਦੇ ਕੋਲ। ਕੱਟੀ ਮਗਰ, ਕੁਆਲਿਟੀ ਚੈੱਕ ਕਰੋ। ਆ ਵੇਖੋ ਜੀ, ਸਿੰਗ ਦੀ ਕੁਆਲਿਟੀ ਵੀ ਚੈੱਕ ਕਰ ਲਓ। ਸੂਆ ਦੂਜਾ, ਝੋਟੀ ਸੋਹਣੀ ਆ ਜੀ। ਆ ਵੇਖੋ, ਕਰੋ ਚੈੱਕ। ਆ ਜਾਓ ਵੀਰ ਜੀ। ਖਾਣ ਦਾ ਗੈਪ ਵੀ ਚੰਗਾ ਵਾ, ਵੇਖ ਸਕਦੇ ਆ ਭਾਈ। ਦੁੱਧ ਕਿੰਨਾ ਕੁ ਚਵਾਈ ਜਾਊਗੀ? ਦੁੱਧ 10 ਪਲੱਸ ਕਰੂਗੀ। ਠੀਕ ਆ। ਹਾਂਜੀ, 10 ਕਿਲੋ ਤੋਂ ਬਾਹਰ ਚਵਾਈ ਜਾਊ। ਹਾਂਜੀ ਹਾਂਜੀ। ਥਣਾ ਦੀ ਕੋਈ ਵਾਧ ਘਾਟ ਨਹੀਂ ਹੈਗੀ? ਨਹੀਂ, ਥਣਾ ਦੀ ਪੂਰੀ ਗਰੰਟੀ ਆ, ਥਣਾ ਬਿਲਕੁਲ ਸਹੀ ਜੇ। ਠੀਕ ਆ। ਹਾਂਜੀ, ਸਹੀ ਆ। ਇੱਕ ਨਾ ਥਣਾ ਆਪਾਂ ਦਿਖਾ ਦਿੰਨੇ ਆ ਫੇਰ ਤੋਂ। ਹਾਂਜੀ, ਥੋੜਾ ਇੱਕ ਸਾਈਡ ਉੱਚੀ ਰੱਖਦੀ, ਦੂਜੀ ਸਾਈਡ ਨੂੰ। ਸਾਈਡ ਦਾ ਬਹਿਣ ਬੂਨਾ ਹੋ ਗਿਆ, ਕੋਈ ਦੁੱਧ ਦਾ ਬਿਲਕੁਲ ਬਰਾਬਰ ਜੇ। ਠੀਕ ਆ। ਜਮਾ ਸਣਾ ਤੋਂ ਬਗਲੀ ਜੁੜੀ ਦੇ ਵੀ, ਅਗਲੀ ਵੀ। ਠੀਕ ਆ ਠੀਕ ਆ। ਬਾਕੀ ਜਿੰਨੇ ਵੀ ਖਾਣੀ ਚਵਾਈ ਕਰਕੇ ਚਵਾ ਕੇ ਖੜੇ, ਦੋ ਟਾਈਮ ਚਵਾ ਕੇ ਖੜੇ, ਆਪਣੀ ਤਸੱਲੀ ਕਰੇ ਪੂਰੀ। ਠੀਕ ਆ। ਤੇ ਮੁੱਲ ਭਾਜੀ ਕਿੰਨਾ ਕਰਨਾ ਜੀ? ਮੁੱਲ ਇਹਦਾ 75,000 ਜੇ। ਮਾਣ ਦਾਨ ਕਿੰਨਾ ਕਰ ਦੋਗੇ? 70 ਦੀ ਦੇ ਦਾਂਗੇ। ਛੋੜ ਹੋ ਜਾਊਗੀ? ਛੋੜ ਹੀ ਕਰ ਦਾਂਗੇ। ਪਹਿਲੀ ਵੀਡੀਓ ਆ, ਜਾਵੇ ਪਹਿਲੇ 60,000 ਦੀ ਦੇ ਦਾਂਗੇ। 60,000 ਦੀ? ਹਾਂਜੀ ਹਾਂ, ਨਾ 60,000 ਦੀ ਦੇ ਦਾਂਗੇ। ਉੱਚੋਂ ਕਰ ਦਿਓ ਥੋੜੀ ਬਹੁਤੀ ਛੋੜ। ਹਾਂਜੀ, ਛੋੜ ਕਰ ਦਿਓ ਉੱਚੋਂ। ਕਰ ਦਾਂਗੇ, ਛੋੜ ਕਰ ਦਾਂਗੇ। ਠੀਕ ਹੈ, ਭਾਈ ਨੂੰ ਫੋਨ ਕਰ ਲਿਓ। ਹਾਂਜੀ, ਸੂਆ ਸਵਾਇਆ ਡੰਗਰ ਨਹੀਂ ਜੇ ਲੱਭਦਾ, ਬਾਕੀ ਝੋਟੀ ਗਾਂ ਵੀ ਚੰਗੀ ਤਿਆਰ ਹੋ ਬਣੂਗੀ ਜੀ, ਅਗਲੇ ਸੂਏ ਹੋਰ ਚੰਗੀ ਬਣੂਗੀ। ਦੋ ਦੇਣੀਆਂ ਕੱਟੀ ਆ ਜੀ, ਮਗਰ ਚੰਗੀ ਸੋਹਣੀ ਸੁਨੱਖੀ ਆ। ਤੇ ਥਾਂ ਇੱਕ ਰੰਗ ਫੇਰ ਵੇਖ ਲਓ, ਬਹੁਤ ਹੀ ਸੋਹਣਾ ਥਣ ਲੱਗਾ ਜੀ ਇਹਨੂੰ, ਵੇਖ ਸਕਦੇ ਆ। ਤੇ ਝੋਟੀ ਹੈ ਵੀ ਇੱਕ ਰੰਗ ਕਾਲੀ ਆ ਜੀ, ਪੂਰੀ ਆ, ਬਿਲਕੁਲ ਠੰਡੀ ਤੇਰੀ, ਜਿੱਦਾਂ ਮਰਜ਼ੀ ਬੈਠੇ ਰਹੋ। ਵੇਖੋ
ਜਿੱਦਾਂ ਮਰਜ਼ੀ ਧਾਰਾ ਮਾਰੋ, ਠੰਡੀ ਜਿੱਦਾਂ ਬਹਿ ਦੋ ਉਹਦੇ ਥੱਲੇ, ਰੰਗ ਵੀ ਬਿਲਕੁਲ ਕਾਲਾ। ਹਾਂਜੀ ਠੀਕ ਆ ਜੀ, ਬਿਲਕੁਲ ਜਾਇਜ਼ ਮੁੱਲ ਕੀਤਾ। ਦੂਜੇ ਨੰਬਰ ਤੇ ਆਪਾਂ ਦਿਖਾਉਣੀ ਆ, ਆ ਵੇਖੋ ਜੀ ਵੈੜ ਆ ਜੀ, ਚੰਗੀ ਸੋਹਣੀ ਆ। ਇਹਦਾ ਭਾਜੀ ਸੂਆ ਕਿੰਨਵਾ ਜੀ? ਇਹਦਾ ਦੂਜਾ ਸੂਆ ਜੀ, ਦੂਜਾ ਸੂਆ। ਹਾਂਜੀ ਕਿੰਨੇ ਦਿਨ ਹੋ ਗਏ ਸੂਈ ਨੂੰ? ਸੂਈ ਨੂੰ ਇਹਨੂੰ 4 ਦਿਨ ਹੋ ਗਏ ਜੀ। ਅੱਛਾ 4 ਦਿਨ ਹੋ ਗਏ ਸੂਈ ਨੂੰ। 14 ਲੀਟਰ ਬੋਲਾ ਜੇ ਤਾਂ 14 ਲੀਟਰ ਬੋਲਾ। ਹਾਂਜੀ ਠੀਕ ਆ, ਥਣ ਥੁਣ ਇਹਦਾ ਵੀ ਚੰਗਾ ਲੱਗਾ ਹਨਾ, ਥਣ ਦੀ ਕੁਆਲਿਟੀ ਵੇਖੋ, ਗਿੱਠ ਗਿੱਠ ਤੇ ਥਣ ਲੱਗਾ ਚਵੇਂ ਨੂੰ ਬੱਚਾ ਵਛਾ, ਮਗਰ ਮਗਰ ਵਛਾ ਜੀ, ਵਛਾ ਮਗਰ ਤੋਰੀ ਇਹਨੂੰ ਵੀਰ ਜੀ। ਇਹਦਾ ਖੋਲੋ, ਆ ਜਾਓ ਵੀਰ ਜੀ, ਆ ਵੇਖੋ ਥਣਾਂ ਦਾ ਗੈਬ ਵੀ ਚੰਗਾ, ਥਣ ਵੀ ਮੁੱਠੀ ਦੀ ਚਵਾਲ ਆ, ਮੋਟਾ ਮੋਟਾ ਥਣ ਲੱਗਾ ਜੀ ਇਹਨੂੰ। ਆ ਵੇਖੋ ਥਣ ਬਹੁਤ ਹੀ ਸੋਹਣਾ, ਫੁੱਟਦਾ ਹੀ ਗੈਬ ਹੋਣਾ ਅਗਲੇ ਥਣਾਂ ਚ। ਲੈ ਜਾ ਵੀਰ, ਇਸ ਟਾਈਮ ਤੇ 14 ਲੀਟਰ ਵਾ ਜੀ ਦੁੱਧ ਤਿਆਰ ਆ ਜਿਹੜਾ। ਆ ਵੇਖੋ ਵੱਡੀ ਆ, ਛੋਟੀ ਨਾ ਸਮਝੇ ਕੋਈ ਵੀ, ਕੱਦ ਕਾਠ ਵੀ ਚੰਗਾ ਸੋਹਣਾ ਵਾ ਜੀ ਇਹਦਾ, ਕੁਆਲਿਟੀ ਵੀ ਚੰਗੀ ਆ। ਭਾਜੀ ਕਿੰਨਾ ਕੁ ਦੁੱਧ ਚਵਾਈ ਜਾਊਗੀ ਇਹ? ਮੱਖੀ ਮੱਛਰ ਪਾ ਹੀ ਲੈਣੀ ਚਾਹੀਦੀ, ਰੱਸੀ ਪਾਉਂਦੇ ਆ, ਮੱਖੀ ਮੱਛਰ ਦਾ ਟਾਈਮ ਆ। ਹਾਂਜੀ ਹਾਂਜੀ, ਰੱਸੀ ਪਾ ਕੇ ਝੋਲੀ ਦੀ ਆ ਜੀ, ਠੀਕ ਭਾਵੇਂ ਏਦਾਂ ਵੀ ਕੋਈ ਚੋਲੋ। ਠੀਕ ਆ, ਥਾਂ ਤੇ ਬਾਕੀ ਬਹੁਤ ਸੋਹਣਾ ਲੱਗਾ, ਬਹੁਤ ਸੋਹਣਾ ਜੀ ਚਵਾਈ ਦੀ, ਬਿਲਕੁਲ ਸਾਫ ਜੀ। ਕੁਆਲਿਟੀ ਚੈੱਕ ਕਰੋ, ਇੱਕ ਰਾਂ ਨਾੜਾਂ ਹਵਾਨੇ ਤੇ ਬਹੁਤ ਸੋਹਣੀਆਂ ਬਰੀਕ ਬਰੀਕ ਲੱਗੀਆਂ, ਚਾਰੇ ਥਣ ਸੋਹਣੇ ਲੱਗੇ ਆ ਜੀ। ਵਾਧ ਘਾਟ ਕੋਈ ਨਹੀਂ ਹੈਗੀ ਭਾਜੀ ਥਣ ਦੀ? ਕੋਈ ਵਾਧ ਘਾਟ ਨਹੀਂ, ਬਿਲਕੁਲ ਸਹੀ ਹੈ। ਇਸ ਟਾਈਮ ਤੇ 14 ਲੀਟਰ ਤੁਸੀਂ ਚਵਾ ਕੇ ਦੇਣਾ? ਹਾਂਜੀ ਚਵਾ ਕੇ ਦਾਂਗੇ, ਬਾਕੀ 20 ਲੀਟਰ ਚਵਾਈ ਜਾਊਗੀ ਜੇ ਕੋਈ ਸੰਭੂਗਾ। ਹਾਂਜੀ ਹਾਂਜੀ, ਤੇ ਮੁੱਲ ਕਿੰਨਾ ਕਰਨਾ ਜੀ ਇਹਦਾ? ਮੁੱਲ ਇਹਦਾ ਜੇ 52,000 ਜੇ। ਮਾਨਦਾਨ ਕਿੰਨਾ ਕਰੋਗੇ? 45,000 ਦੀ ਦੇ ਦਾਂਗੇ। 45 ਦੀ? ਹਾਂਜੀ ਹਾਂ ਨਾ ਜੇ 45,000 ਦੀ ਉਹ ਚ ਛੋੜ ਹੋ ਜਾਊਗੀ। ਹਾਂ ਨਾ ਜੇ ਕੋਈ ਥੋੜਾ ਬਹੁਤਾ ਮਾਨਦਾਨ ਕਰਾਂਗੇ। ਲਓ ਜੀ ਆਹ ਮੁੱਲ ਵਾਲਾ ਪਸ਼ੂ ਲੱਭਣਾ ਨਹੀਂ, 20 ਲੀਟਰ ਦੁੱਧ ਚਵਾਉਣ ਵਾਲਾ। ਇਸ ਟਾਈਮ ਤੇ 14 ਲੀਟਰ ਵੀਰ ਦੱਸਦਾ ਵਾ ਹੈਗਾ ਤੇ 20 ਲੀਟਰ ਕਿੰਨਾ ਚਵਾਊਗੀ। ਠੀਕ ਆ, ਕਰਨੀ ਭਾਈ ਕੋਈ ਗੱਲਬਾਤ ਹੋਰ? ਨਹੀਂ ਜੀ। ਠੀਕ ਆ ਜੀ, ਹਾਂਜੀ ਆਹੀ 2 ਪਸ਼ੂ ਸੇਲ ਕਰਨੇ ਆ ਵੀਰ ਨੇ, ਆ ਕੇ ਸੂਏ ਸਵਾਏ ਹੈਗੇ ਆ ਜੀ, 2 ਟਾਈਮ ਚੋ ਕੇ ਆਪਣੀ ਤਸੱਲੀ ਕਰ ਲਿਓ। ਤੁਸੀਂ ਪੈਸੇ ਖਰਚਣੇ ਆ, ਤਸੱਲੀ ਕਰਨਾ ਤੁਹਾਡਾ ਫਰਜ਼ ਬਣਦਾ ਜੀ। ਵੀਡੀਓ ਨੂੰ ਸ਼ੇਅਰ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ। ਧੰਨਵਾਦ ਜੀ।